शान दशमेश दी सारे जग नालों उची शान दशमेश दी बादशाही वीरता बादशाही वीरता महान दशमेश दी बादशाही वीरता महान दशमेश दी वट्टी लाके हो पैदा कीता खालसा है पैदा कीता खालसा है मौत कस वट्टी लाके हाँ जी वेखी लहरों दी वेखी लहरों दी किरपान दशमेश दी वेखी लहरों दी किरपान दशमेश दी कर देने जिमी आसमान दशमेश दी कर देने जिमी आसमान दशमेश दी करी जानता है महिमा करी जानता है बयान दशमेश दी महिमा करी जानता है बयान दशमेश दी
ਅੱਖ ਦਪ ਮੱਧੀ ਮੂੰਹੋਂ ਅੱਖ ਦਪ ਮੱਧੀ ਮੂੰਹੋਂ ਵਾਹਿਗੁਰੂ ਆਖੋ ਸਾਰੇ ਹਾਂ ਸਾਰੇ ਹਾਂ ਜੀ ਪਿਆਰ ਨਾਲ ਸੁਣੋ ਹਾਂ ਪਿਆਰ ਨਾਲ ਸੁਣੋ ਦਾਸਤਾਨ ਦਸ਼ਮੇਸ਼ ਦੀ ਪਿਆਰ ਨਾਲ ਸੁਣੋ ਦਾਸਤਾਨ ਦਸ਼ਮੇਸ਼ ਦੀ ਪਿਆਰ ਨਾਲ ਸੁਣੋ ਦਾਸਤਾਨ ਦਸ਼ਮੇਸ਼ ਦੀ ਹੋ परम पूज्य पाक साहिब कमाल हजूरे अनवर वालीए दो जहान साहिब सुहावा प्रतख विराजमान शब्द गुरु चवर सतर तखत के मालिक जुग जुग अटल सतगुरु श्री गुरु ग्रंथ साहिब महाराज जी के पावन पवित्र चरणों में संगत रूप में जुड़ बैठे गुरु प्यारे समा मिले है। लगभग 25-26 साल तो बाद इस इतिहासक नगर में आके आप जैसिया रब स्वरूप संतां के दर्शन दीदार करते हुए आप जी नाल गुरमत के विचारां दी सांझ आरंभ करके कलगीतर पातशाह श्री गुरु गोबिंद सिंह महाराज अते उन्हां दे लखते जगर साहिबजादियां दी महान याद नूं समर्पित इस नगर कीर्तन विच उन्हां दी दास्तान आप जी दे सन्मुख बयान करनी आरंभ कीती जाए। पर करन दी आरंभता तो पहला चाहांगा कि साडा सारिआं दा ध्यान गुरु ग्रंथ साहिब महाराज दे पावन चरणां नाल जुड़ जाए। तुसीं पढ़े लिखे सूझवान एजुकेटड मेरे वीर ते भैणां संगत विच जुड़ बैठे हो। ਆ ਜਿਹੜੀ ਅਵਸਥਾ ਵਿੱਚ ਅਸੀਂ ਜੁੜ ਬੈਠੇ ਹਾਂ ਵਿਦਵਾਨ ਇਹਨੂੰ ਸਾਡੇ ਧਰਮ ਦੀ ਦੁਨੀਆ ਕਹਿੰਦੇ ਨੇ ਕਿਉਂਕਿ ਬੰਦਾ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਇੱਕ ਉਹਦੇ ਧੰਦੇ ਦੀ ਦੁਨੀਆ ਇੱਕ ਉਹਦੇ ਧਰਮ ਦੀ ਦੁਨੀਆ। ਧੰਦੇ ਦੀ ਦੁਨੀਆ ਖੇਤੀ ਕਰਨੀ ਨੌਕਰੀ ਕਰਨੀ ਵਪਾਰ ਕਰਨਾ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣਾ ਇਹ ਧੰਦੇ ਦੀ ਦੁਨੀਆ ਅਤੇ ਧੰਦੇ ਦੀ ਦੁਨੀਆ ਵਿੱਚੋਂ ਕੁਝ ਸਮਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਆਉਣਾ ਗੁਰੂ ਨੂੰ ਮੱਥਾ ਟੇਕਣਾ ਨਮਸਕਾਰ ਕਰਨੀ ਸੰਗਤ ਵਿੱਚ ਬੈਠਣਾ ਗੁਰੂ ਕਾ ਹੁਕਮ ਉਪਦੇਸ਼ ਗੁਰਬਾਣੀ ਇਤਿਹਾਸ ਸੁਣਨਾ ਇਹ ਹੈ ਧਰਮ ਦੀ ਦੁਨੀਆ। ਤੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਅਹਿਮ ਚੀਜ਼ ਹੈ ਮਨ ਦੀ ਇਕਾਗਰਤਾ ਕਿਉਂਕਿ ਜੇ ਮਨ ਇਕਾਗਰ ਨਾ ਹੋਵੇ ਤੇ ਫਿਰ ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਨਹੀਂ ਤੇ ਜੇ ਮਨ ਗੁਰੂ ਦੇ ਚਰਨਾਂ ਨਾਲ ਨਾ ਜੁੜੇ ਤੇ ਧਰਮ ਦੀ ਦੁਨੀਆ ਵਿੱਚੋਂ ਕੁਝ ਮਿਲਦਾ ਨਹੀਂ। ਮਿਲੇਗਾ ਤਾਂ ਜੇ ਮਨ ਇਕਾਗਰ ਹੋਏਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜਿਆ ਹੋਇਆ। ਆਮ ਅਸੀਂ ਜਿਹੜੇ ਪ੍ਰਚਾਰਕਾਂ ਧਿਆਨ ਨਾਲ ਸਮਝੋ ਗੱਲ ਆਮ ਅਸੀਂ ਜਿਹੜੇ ਪ੍ਰਚਾਰਕਾਂ ਇਹ ਪ੍ਰਚਾਰ ਕਰਦੇ ਹਾਂ ਵੀ ਮਨ ਇਕਾਗਰ ਕਰਕੇ ਬਾਣੀ ਪੜਿਆ ਕਰੋ। ਹੁਣ ਆਪਾਂ ਸਾਰੇ ਬਾਣੀ ਪੜ੍ਹਨ ਵਾਲੇ ਹਾਂ। ਗੁਟਕਾ ਸਾਹਿਬ ਹੱਥ ਵਿੱਚ ਹੁੰਦਾ ਸਵੇਰੇ, ਨਿਗਾਹ ਬਾਣੀ ਦੀਆਂ ਪੰਕਤੀਆਂ ਤੇ ਟਿਕੀ ਹੁੰਦੀ ਹੈ, ਜ਼ਬਾਨ ਬਾਣੀ ਪੜ੍ਹਦੀ ਹੈ, ਪਰ ਮਨ ਕਦੇ ਲੁਧਿਆਣੇ ਚਲਾ ਜਾਂਦਾ, ਕਦੇ ਜਲੰਧਰ ਚਲਾ ਜਾਂਦਾ, ਕਦੇ ਮੋਗੇ ਚਲਾ ਜਾਂਦਾ। ਜਪਜੀ ਸਾਹਿਬ ਆਰੰਭ ਕਰ ਲੈਂਦੇ ਹਾਂ ਪਰ ਪਤਾ ਹੀ ਨਹੀਂ ਲੱਗਦਾ ਪੂਰਾ ਕਦੋਂ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਮਨ ਇਕਾਗਰ ਕਰਕੇ ਬਾਣੀ ਪੜ੍ਹਨ ਵਾਲੇ ਨਹੀਂ, ਜ਼ਰੂਰ ਨੇ, ਪਰ ਗੁਰਮਤ ਮੁਤਾਬਕ ਵਿਧੀ ਹੈ ਵੀ ਜੇ ਮਨ ਇਕਾਗਰ ਕਰਨਾ ਤੂੰ ਬਾਣੀ ਪੜ੍ਹ। ਬਾਣੀ ਪੜ੍ਹਦਿਆਂ 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 ਫਿਰ ਤੇਰਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ। ਬਗੈਰ ਬਾਣੀ ਪੜ੍ਹੇ ਤੋਂ ਤੇਰਾ ਮਨ ਇਕਾਗਰ ਨਹੀਂ ਹੋ ਸਕਦਾ। ਤੂੰ ਆਪਣੀ ਜ਼ਬਾਨ ਵਿੱਚੋਂ ਵਾਹਿਗੁਰੂ ਸ਼ਬਦ ਕਹਿ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਤੇਰਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ। ਆਓ ਫਿਰ ਮਨਾਂ ਨੂੰ ਇਕਾਗਰ ਕਰਨ ਵਾਸਤੇ ਆਪਾਂ ਦੋ ਵਾਰੀ ਵਾਹਿਗੁਰੂ ਸ਼ਬਦ ਆਪਣੀ ਜ਼ਬਾਨ ਵਿੱਚੋਂ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ ਰਲ ਕੇ ਅਸੀਂ ਵੀ ਤੇ ਤੁਸੀਂ ਵੀ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਜਦੋਂ ਦੋ ਵਾਰੀ ਵਾਹਿਗੁਰੂ ਸ਼ਬਦ ਆਖਾਂਗੇ, ਵਾਹਿਗੁਰੂ ਸ਼ਬਦ ਕਹਿਣ ਨਾਲ ਸਾਡਾ ਸਾਰਿਆਂ ਦਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ। ਇਕਾਗਰ ਹੋਇਆ ਮਨ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਜਾਏਗਾ ਤੇ ਜਦੋਂ ਸਾਡਾ ਮਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਗਿਆ ਫਿਰ ਸਾਡਾ ਆਉਣਾ ਸਫਲਾ ਹੋਵੇਗਾ, ਬੈਠਣਾ ਸਫਲਾ ਹੋਵੇਗਾ, ਸੁਣਨਾ ਸਫਲਾ ਹੋਵੇਗਾ, ਬੋਲਣਾ ਸਫਲਾ ਹੋਵੇਗਾ, ਸਾਡੇ ਸੁੱਖਾਂ ਵਿੱਚ ਵਾਧਾ ਹੋਵੇਗਾ, ਸਾਡੇ ਦੁੱਖਾਂ ਦਾ ਨਾਸ ਹੋਵੇਗਾ ਤੇ ਸਾਡਾ ਮਨੁੱਖਾ ਜੀਵਨ ਸਫਲਾ ਹੋ ਜਾਏਗਾ। ਇਹਨਾਂ ਦਾਤਾਂ ਨੂੰ ਝੋਲੀ ਵਿੱਚ ਪਾਓ ਤੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰਕੇ ਮਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੋ। ਸਾਰੇ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਰਹਿਮਤ ਕਰਨ, ਜਿੱਡੇ ਪਿਆਰ ਨਾਲ ਤੁਸੀਂ ਸੱਦੇ, ਮੈਂ ਤੇ ਮੇਰੇ ਸਾਥੀ ਤੁਹਾਡੇ ਪਿਆਰ ਦੀ ਕਿਸਮਤੀ ਤੇ ਖਰੇ ਉਤਰੀਏ। ਇਤਿਹਾਸ ਸਮੁੰਦਰ ਹੁੰਦਾ, ਇਹਦੀ ਗਹਿਰਾਈ ਨੂੰ ਮੈਂ ਪਿਆਰ ਨਹੀਂ ਦੱਸ ਸਕਦਾ। ਕਲਗੀ ਵਾਲੇ ਪਾਤਸ਼ਾਹ ਦੀ ਜੀਵਨ ਕਹਾਣੀ ਉਹਦਾ ਵਰਤਾਂਤ ਸ਼ੁਰੂ ਕਰਨ ਲੱਗਾ। ਆਓ ਆਪਣੇ ਧਿਆਨ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੇ। 1700 ਈਸਵੀ ਦਾ ਸਾਲ ਹੈ, 1700 ਈਸਵੀ ਦਾ ਸਾਲ ਹੈ।
ਇਹ ਖਾਲਸੇ ਦੀ ਸੱਜਣਾ ਹੋ ਚੁੱਕੀ ਹੈ। ਮਹਾਰਾਜ ਦੇ ਵੱਡੇ ਮਹਿਲ ਮਾਤਾ ਜੀਤੋ ਜੀ ਬਿਮਾਰ ਹੋ ਗਏ, ਕਿਉਂਕਿ ਮਹਾਰਾਜ ਦੀਆਂ ਤਿੰਨ ਸ਼ਾਦੀਆਂ ਨੇ। ਕੁਝ ਬੰਦਿਆਂ ਨੇ ਯਤਨ ਕੀਤਾ ਕਿ ਮਹਾਰਾਜ ਦੀ ਇੱਕੋ ਸ਼ਾਦੀ ਸਾਬਤ ਕੀਤੀ ਜਾਵੇ, ਲੇਕਿਨ ਸਮਾਂ ਸਥਾਨ ਅਤੇ ਸੰਤਾਨ ਇਸ ਗੱਲ ਨੂੰ ਸਾਬਤ ਕਰਦੇ ਨੇ ਕਿ ਮਹਾਰਾਜ ਦੀਆਂ ਤਿੰਨ ਸ਼ਾਦੀਆਂ ਨੇ, ਮਹਾਰਾਜ ਦੇ ਤਿੰਨ ਮਹਿਲ ਨੇ। ਮਹਾਰਾਜ ਦੇ ਵੱਡੇ ਮਹਿਲਾਂ ਦਾ ਨਾਂ ਹੈ ਮਾਤਾ ਜੀਤੋ ਜੀ, ਜਿਨ੍ਹਾਂ ਦੇ ਉੱਧਰ ਤੋਂ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਪ੍ਰਗਟ ਹੋਏ। ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ। ਮਹਾਰਾਜ ਦੇ ਦੂਜੇ ਮਹਿਲਾਂ ਦਾ ਨਾਂ ਹੈ ਮਾਤਾ ਸੁੰਦਰੀ ਜੀ, ਮਾਤਾ ਸੁੰਦਰ ਕੌਰ, ਜਿਨ੍ਹਾਂ ਦੇ ਉੱਧਰ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਪ੍ਰਗਟ ਹੋਏ। ਮਹਾਰਾਜ ਦੇ ਤੀਜੇ ਮਹਿਲਾਂ ਦਾ ਨਾਂ ਹੈ ਮਾਤਾ ਸਾਹਿਬ, ਜਿਹਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ। ਹੁਣ ਮਾਤਾ ਜੀਤੋ ਜੀ ਬਿਮਾਰ ਨੇ, ਬਿਮਾਰ ਵੀ ਇੰਨੇ ਹੋਏ, ਹੁਣ ਜ਼ਿੰਦਗੀ ਐਸੇ ਟਿਕਾਣੇ ਤੇ ਪਹੁੰਚ ਗਈ ਕਿ ਬਚਣ ਦੀ ਕੋਈ ਉਮੀਦ ਨਹੀਂ। ਮਾਂ ਨੂੰ ਪਤਾ ਲੱਗ ਗਿਆ ਕਿ ਹੁਣ ਜ਼ਿੰਦਗੀ ਬਹੁਤੀ ਲੰਮੀ ਨਹੀਂ। ਇੱਕ ਦਿਨ ਪਿਆ ਪਿਆ ਮਨ ਵਿੱਚ ਸੋਚਣ ਲੱਗੀ, ਜੇ ਕਲਗੀ ਵਾਲਾ ਪਾਤਸ਼ਾਹ ਮਹਿਲਾਂ ਵਿੱਚ ਆ ਜਾਏ, ਮੈਂ ਇੱਕ ਬੇਨਤੀ ਕਰਦਿਆਂ। ਮਾਤਾ ਜੀਤੋ ਨੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਉਸੇ ਸਮੇਂ ਤੁਰਦੇ ਤੁਰਦੇ ਮਹਿਲਾਂ ਵਿੱਚ ਆ ਗਏ, ਆਪਣੇ ਮਹਿਲ ਮਾਤਾ ਜੀਤੋ ਦੇ ਪੱਲੇ ਕੋਲ ਜਾ ਕੇ ਰੁਕ ਗਏ। ਮਾਤਾ ਜੀਤੋ ਦੇ ਕਮਜ਼ੋਰ ਕੰਨਾਂ ਨੇ ਆਵਾਜ਼ ਸੁਣੀ ਕਿ ਤੁਰਦਾ ਤੁਰਦਾ ਆਇਆ ਤੇ ਮੇਰੇ ਪੱਲੇ ਕੋਲ ਆ ਕੇ ਰੁਕਿਆ। ਮਾਂ ਨੇ ਅੱਖਾਂ ਖੋਲੀਆਂ, ਕੀ ਵੇਖਦੀ ਹੈ ਪੱਲੇ ਦੇ ਕੋਲ ਕਲਗੀ ਵਾਲੇ ਪਾਤਸ਼ਾਹ ਨੂੰ? ਪਿਆਰ ਦੀ ਛਲ ਅੱਖਾਂ ਵਿੱਚ ਆ ਗਈ, ਦੋਵੇਂ ਹੱਥ ਜੋੜ ਕੇ ਕਹਿਣ ਲੱਗੀ, ਸਵਾਮੀ ਮੈਂ ਤੁਹਾਨੂੰ ਯਾਦ ਕਰਦੀ ਸੀ। ਮਹਾਰਾਜ ਕਹਿਣ ਲੱਗੇ ਨੇ, ਦੱਸੋ ਜੇ ਯਾਦ ਕੀਤਾ ਆ ਗਏ। ਮਹਾਰਾਜ, ਹੁਣ ਮੇਰਾ ਅਜੀਤ ਸਿੰਘ ਗੱਭਰੂ ਹੋ ਗਿਆ, ਹੁਣ ਮੇਰਾ ਜੁਝਾਰ ਸਿੰਘ ਜਵਾਨ ਹੋ ਗਿਆ, ਤੇ ਮੈਂ ਚਾਹੁੰਦੀ ਹਾਂ ਮਰਨ ਤੋਂ ਪਹਿਲਾਂ ਅਜੀਤ ਤੇ ਜੁਝਾਰ ਨੂੰ ਵਿਆਹ ਲਿਆ, ਇਸ ਕਰਕੇ ਪਾਤਸ਼ਾਹ ਦੇਰੀ ਨਾ ਕਰੋ, ਮੇਰੇ ਅਜੀਤ ਤੇ ਜੁਝਾਰ ਦੇ ਮੰਗਣੇ ਕਰੋ, ਨੂੰਹਾਂ ਦੀ ਚੋਣ ਕਰੋ, ਵਿਆਹ ਦੀ ਤਿਆਰੀ ਕਰੋ ਤਾਂ ਕਿ ਮੇਰੀ ਰੀਝ ਪੂਰੀ ਹੋ। ਮਹਾਰਾਜ ਕਹਿਣ ਲੱਗੇ ਨੇ, ਜੀਤੋ ਤੈਨੂੰ ਤੇਰੇ ਪੁੱਤਰਾਂ ਦੇ ਵਿਆਹ ਦਾ ਇੰਨਾ ਚਾਹ ਹੈ? ਹਾਂ ਹਾਂ ਸਤਿਗੁਰੂ, ਮੈਂ ਇੱਕ ਮਾਂ ਹਾਂ। ਉਹ ਮਾਂ ਜਿਹਦੇ ਵਿੱਚ ਇੱਕ ਦਿਲ ਝੜਦਾ, ਉਹ ਚਾਹੁੰਦਾ ਕਿ ਮੈਂ ਆਪਣੇ ਪੁੱਤਰਾਂ ਤੇ ਨੋਹਾਂ ਤੋਂ ਪਾਣੀ ਵਾਰ ਕੇ ਪੀ, ਮੇਰੀ ਰੀਤ ਪੂਰੀ ਹੋ ਜਾਏ। ਅਜੀਤ ਤੇ ਜੁਝਾਰ ਦੇ ਮੰਗਣੇ ਕਰੋ, ਨੋਹਾਂ ਦੀ ਚੋਣ ਕਰੋ, ਵਿਆਹ ਦੀ ਤਿਆਰੀ। ਮਹਾਰਾਜ ਬਹੁਤ ਗੰਭੀਰ ਹੋਏ ਤੇ ਬੜੇ ਸਹਿਜ ਨਾਲ ਕਹਿਣ ਲੱਗੇ ਨੇ, ਜੀਤੋ ਜੀ ਤੁਹਾਨੂੰ ਪਤਾ ਨਹੀਂ? ਮਹਾਰਾਜ, ਕਿਹੜੀ ਗੱਲ ਆ? ਸਤਿਗੁਰੂ ਕਹਿੰਦੇ ਤੇਰੇ ਦੋ ਨਹੀਂ ਚਾਰਾਂ ਪੁੱਤਰਾਂ ਦੇ ਮੰਗਣੇ ਹੋ ਗਏ, ਤੇਰੀਆਂ ਚਾਰਾਂ ਨੂੰਹਾਂ ਦੀ ਚੋਣ ਤੇ ਵਿਆਹ ਦੀ ਤਿਆਰੀ ਹੈ। ਜਦੋਂ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਤੇਰੇ ਚਾਰਾਂ ਪੁੱਤਰਾਂ ਦੇ ਮੰਗਣੇ ਹੋ ਗਏ, ਕੱਲੇ ਅਜੀਤ ਤੇ ਜੁਝਾਰ ਦੇ ਨਹੀਂ, ਜ਼ੋਰਾਵਰ ਤੇ ਫਤਿਹ ਦੇ ਮੰਗਣੇ ਵੀ ਹੋ ਗਏ, ਉਹਨਾਂ ਦੀ ਵੋਟੀਆਂ ਦੀ ਚੋਣ ਹੋ ਗਈ ਤੇ ਵਿਆਹ ਦੀ ਤਿਆਰੀ ਹੈ। ਕਹਿਣ ਲੱਗੀ, ਸਤਿਗੁਰੂ ਮੈਂ ਕੈਸੀ ਮਾਂ ਹਾਂ ਜਿਹਦੇ ਪੁੱਤਰਾਂ ਦੇ ਮੰਗਣੇ ਹੋ ਜਾਣ, ਨੋਹਾਂ ਦੀ ਚੋਣ ਹੋ ਜਾਏ, ਪਰ ਮਾਂ ਨੂੰ ਪਤਾ ਵੀ ਨਾ ਲੱਗੇ। ਦੱਸੋ ਮੇਰਾ ਅਜੀਤ ਸਿੰਘ ਕਿੱਥੇ ਮੰਗਿਆ, ਦੱਸੋ ਮੇਰਾ ਜੁਝਾਰ ਸਿੰਘ ਕਿੱਥੇ ਵਿਆਹਣੇ? ਤੇ ਮਾਤਾ ਜੀਤੋ ਦੀ ਇਹ ਗੱਲ ਸੁਣ ਕੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਨੇ, ਜੀਤੋ ਤੇਰੇ ਪੁੱਤਰਾਂ ਨੇ ਦੁਨੀਆਂ ਦੇ ਆਮ ਮੁੰਡਿਆਂ ਵਾਂਗ ਵਿਆਹ ਨਹੀਂ ਕਰਾਉਣੇ, ਉਹਨਾਂ ਨੇ ਦੁਨੀਆਂ ਤੋਂ ਇੱਕ ਵੱਖਰੀ ਬਹੁਤੀ ਵਿਆਹ ਕੇ ਲਿਆਉਣੀ ਹੈ, ਉਸ ਬਹੁਤੀ ਦਾ ਨਾਂ ਹੈ ਮੌਤ। ਕਲਗੀ ਵਾਲਾ ਪਾਤਸ਼ਾਹ ਆਪਣੇ ਪੁੱਤਰਾਂ ਦੀ ਸ਼ਾਦੀ ਮੌਤ ਨਾ ਹੋਣ ਦਾ ਵੇਰਵਾ ਜਿਵੇਂ ਆਪਣੇ ਮਹਿਲਾਂ ਨੂੰ ਕਹਿਣ ਲੱਗਾ, ਉਸ ਸਮੇਂ ਜਲ ਇਹਨਾਂ ਮੇਰੇ ਸਾਥੀ ਆਪ ਦੇ ਸਨਮੁਖ ਇਉਂ ਕਹਿਣ ਲੱਗਾ। ਤੇਰੇ ਪੁੱਤਰਾਂ ਦੀ ਸ਼ਾਦੀ ਦਾ ਅਜੀਬ ਹੀ ਨਜ਼ਾਰਾ।
जेड़े खुशियां आनंद मौजा माण दे ए खुशियां सदा नहीं रहनिया तेरे पुत्रों ने दुनिया दा सामने है मौत नाल लावा लैनिया पुत्रों ने दुनिया दे सामने है मौत नाल लावा लैनिया हो सरसा किनारा जिथों चढ़नी आ जन्ना चाड़ा बाल्टी महाराज कहते तेरे वड्डे पुत्रां दी अते छोटे पुत्रां दी बरात इको थां टुटणी ओ थां होवेगी सरसा रखदा अज आपां सारा दिन मेरे कलगी वाले पातशाह दे जीवन विचों इह घटना करम नूं वेखणा कि महाराज अपने पुत्रां नूं शहीद होण वास्ते किवें दिंदे हुण ध्यान नाल सुणिओ गल महाराज कहते तेरे चारे पुत्रां दी बरात इको ही दिन अते इको थां तो चढ़ेगी थां होवेगी सरसा रखदा
तेरे वड्डिया की बरात जाएगी चमकौर तो लाड़े होंगे तेरे वड्डे पुत्र इकताली बराती होंगे ते चुटाली मां मैं होना जो तेरे अजीत का विह होगा जो तेरे जजार दिया लावा हो परिवार का कोई मैंबर इस विह को देखने वास्ते शामिल नहीं हो वो विह परिवार में केवल मैं वेख ना कोई पकवान पकेगा ना कोई शहनाई बजेगी ना कोई रिश्तेदार आएगा ब्याह होएगा लेकिन कल्ला मैं भी ते जीतो जलो तेरे छोटियां का ब्याह होना तेरे जोरावर सिंह ते फतेह सिंह की शादी होगी बरात उन्होंने भी सरसा के किनारे तो चढ़ेगी वो बरात जाएगी सरहंद उन्हें रसोईया बनेगा साढ़े घर का रसोईया गंगू जीतो जलो तेरे जोरावर सिंह ते फतेह सिंह दियां लावां होणगियां मौत नाल उस ब्याह विच ना तू शामिल होवेगी मां उस ब्याह विच ना मैं शामिल होवांगा बाप साडे पुत्रां दा ब्याह होएगा लेकिन तेरे मेरे वाले फर्ज मां ते बाप वाले फर्ज मेरी बुढ़ी मां माता गुजरी अदा करेगी धरती होवेगी सरहंद दी ते कलगी वाला पाचा अपने पुत्रां दी शादी मौत ना होण दा वेरवा जिवें अपने महल माता जीतो जी नूं कहिंदा जा रहा है काबले गौर लई इन्हां ने ते काबले गौर अंदाज जरा गौर फड़ो ਮੱਤੀ ਗਈ ਧਰਤੀ ਸੀ ਹੱਲ ਕਿਹੜੇ ਜਿਗਰੇ ਨਾ ਆਖੀ ਦਸ਼ਮੇਸ਼ ਜੀ ਨੇ ਗੱਲ ਸੱਚ ਸੁਣਿਆ ਪਮੱਤੀ ਗਈ ਧਰਤੀ ਸੀ ਹੱਲ ਕਿਹੜੇ ਜਿਗਰੇ ਨਾ ਆਖੀ ਦਸ਼ਮੇਸ਼ ਜੀ ਨੇ ਗੱਲ ਔਖੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਔਖੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਤੇ ਸੌਖੀਆਂ ਨੇ ਗੱਲਾਂ ਕਹਿਣੀਆਂ ਤੇਰੇ ਪੁੱਤਰਾਂ ਨੇ ਦੁਨੀਆਂ ਦੇ ਸਾਹਮਣੇ ਹੈ ਮੌਤ ਨਾਲ ਲਾਵਾਂ ਲੈਣੀਆਂ ਪੁੱਤਰਾਂ ਨੇ ਦੁਨੀਆਂ ਦੇ ਸਾਹਮਣੇ ਹੈ ਮੌਤ ਨਾਲ ਲਾਵਾਂ ਲੈਣੀਆਂ ਪੁੱਤਰਾਂ ਨੇ ਦੁਨੀਆਂ ਦੇ ਸਾਹਮਣੇ ਹੈ ਮੌਤ ਨਾਲ ਲਾਵਾਂ ਲੈਣੀਆਂ ਔਖੀ ਪੁੱਤਰਾਂ ਦੀ ਮੌਤ ਅੱਖੀ ਤੱਕਣੀ ਤੇ ਸੌਖੀਆਂ ਨੇ ਗੱਲਾਂ ਕਹਿਣੀਆਂ ਆਪਾਂ ਵੀ ਪੁੱਤਰਾਂ ਵਾਲੇ ਹਾਂ ਦੇ ਪੁੱਤਰ ਦੇ ਪੈਰ ਵਿੱਚ ਕੰਡਾ ਵੱਜੇ ਤੇ ਰੜਕ ਮਾਂ ਬਾਪ ਦੇ ਕਾਲਜੇ ਵਿੱਚ ਪੈ ਪਰ ਤਨ ਹੈ ਕਲਗੀ ਵਾਲਾ ਪਾਤਸ਼ਾਹ ਜਿਹੜਾ ਕਹਿੰਦਾ ਪੁੱਤਰ ਮੌਤ ਨਾ ਲਾਵਾਂ ਲੈਣਾ ਤੇ ਨੋਟ ਇਹ ਕਰਨ ਵਾਲੀ ਗੱਲ ਹੈ ਕਿ ਕੇਵਲ ਆਖਿਆ ਨਹੀਂ ਕਿ ਪੁੱਤਰ ਮੌਤ ਨਾ ਲਾਵਾਂ ਲੈਣਗੇ ਕਿਉਂਕਿ ਕਹਿਣਾ ਬੜਾ ਸੌਖਾ ਹੁੰਦਾ ਹੈ ਅੱਜ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਕਿ ਸਿੱਖ ਧਰਮ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਜੇ ਮੈਂ ਕਹਿ ਦੇਵਾਂ ਵੀ ਸਿੱਖ ਧਰਮ ਖਤਰੇ ਵਿੱਚ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਤੁਹਾਨੂੰ ਪਤਾ ਵੀ ਧਰਮ ਨੂੰ ਖਤਰਾ ਕਦੋਂ ਹੁੰਦਾ ਕਿਸੇ ਵੀ ਧਰਮ ਨੂੰ ਇਹ ਸਵਾਲ ਪਿਛਲੀ ਸਦੀ ਦੇ ਮੁੱਢਲੇ ਸਾਲਾਂ ਵਿੱਚ ਅਮਰੀਕਾ ਦੀ ਧਰਤੀ ਤੇ ਸਵਾਮੀ ਵਿਵੇਕਾਨੰਦ ਨੂੰ ਕੀਤਾ ਗਿਆ ਸਵਾਮੀ ਜੀ ਧਰਮ ਨੂੰ ਖਤਰਾ ਕਦੋਂ ਹੁੰਦਾ ਉਹਨੇ ਇੱਕ ਪੰਕਤੀ ਦਾ ਜਵਾਬ ਦਿੱਤਾ ਕਹਿਣ ਲੱਗਾ ਧਰਮ ਨੂੰ ਖਤਰਾ ਉਦੋਂ ਹੁੰਦਾ ਜਦੋਂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਪੈ ਜਾਏ ਉਹ ਕਹਿਣ ਕੁਝ ਹੋਰ ਤੇ ਕਰਨ ਕੁਝ ਹੋਰ ਇਹ ਗੱਲ ਅੱਜ ਸਾਡੇ ਤੇ ਢੁੱਕਦੀ ਹੈ ਅਸੀਂ ਕਹਿੰਦੇ ਬਹੁਤ ਕੁਝ ਆ ਪਰ ਜਦੋਂ ਕਰਨ ਦੀ ਵਾਰੀ ਆਉਂਦੀ ਅਸੀਂ ਬਹੁਤ ਪਿੱਛੇ ਰਹਿ ਜਾਂਦੇ ਮੇਰੇ ਵਰਗੇ ਬੁਲਾਰਿਆਂ ਨੂੰ ਢਾਡੀਆਂ ਨੂੰ ਤੁਸੀਂ ਸੁਣਦੇ ਹੋ ਉਹ ਲੋਕਾਂ ਨੂੰ ਕਹਿੰਦੇ ਨੇ ਸ਼ਰਾਬ ਨਾ ਪੀਓ ਬਹੁਤ ਮਾੜੀ ਹੈ ਸ਼ਰਾਬ ਨਾ ਪੀਓ ਬਹੁਤ ਮਾੜੀ ਹੈ ਸੱਚਮੁੱਚ ਮਾੜੀ ਹੈ ਜਿਸ ਘਰ ਵਿੱਚ ਸ਼ਰਾਬ ਦੀ ਬੋਤਲ ਆ ਗਈ ਉਹਦੀ ਬਰਬਾਦੀ ਦਾ ਮੁੱਢ ਬੰਨਿਆ ਗਿਆ ਅੱਜ ਨਹੀਂ ਤੇ ਕੱਲ੍ਹ ਉੱਜੜ ਜਾਏਗਾ ਅਸੀਂ ਲੋਕਾਂ ਨੂੰ ਕਹਿੰਦੇ ਨਾ ਪੀਓ ਪਰ ਕਿੰਨੇ ਸਾਰੇ ਢਾਡੀਆਂ ਕਵੀਸ਼ਰਾਂ ਨੂੰ ਤੁਸੀਂ ਸੁਣਿਆ ਹੋਵੇਗਾ ਲੋਕਾਂ ਨੂੰ ਕਹਿੰਦੇ ਪੀਓ ਨਾ ਮਾੜੀ ਹੈ ਲੇਕਿਨ ਆਪ 5-6 ਵਜੇ ਠੇਕਿਆਂ ਮੂਹਰੇ ਖਲੋਤੇ ਤੁਹਾਨੂੰ ਮਿਲ ਵੀ ਜਾਣਗੇ ਸ਼ਰਾਬ ਖਰੀਦਦੇ ਤੇ ਪੀਂਦੇ ਵੀ ਮਿਲ ਜਾਣਗੇ ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਆਪਣੀ ਗੱਲ ਇੱਥੇ ਰੁਕੀ ਮਹਾਰਾਜ ਕਹਿੰਦੇ ਤੇਰੇ ਪੁੱਤਰ ਮੌਤ ਨਾਲ ਲਾਵਾਂ ਲੈਣਗੇ ਗੱਲ ਆਪਣੀ ਇੱਥੇ ਰੁਕੀ ਹੋਈ ਦੂਜੀ ਗੱਲ
असी जिहड़े बुला रहे हां प्रचार, असी लोकां नूं प्रचार करदे हां भी लंगर विच आ के जूठे बर्तन साफ करिया करो। कहने आ ना भी गुरु घर आके लंगर विच जूठे बर्तन साफ करिया करो। पर की तुसीं कोई मेरे वर्गा ढाडी जां प्रचारक लंगर विच प्रशादा छक के अपनी कौली थाल जां गिलास धोंदा देखिया? ये गल्लां असीं कहण वास्ते रखियां। महाराज ने यह नहीं आखा कि पुत्र मौत ना लावा लैणगे, आख्या नहीं। आपां दिन वेले विचार इस गल नूं, महाराज अपने पुत्रां नूं मौत विआउण वास्ते तोरदे ने। यही तो महाराज के जीवन की खूबी है ना, अपने पुत्र नूं मौत विआउण वास्ते तोरना। ते जदों एक मौत विआ लवे फिर दूजे नूं तोरना। एक बारी कलगी वाले पातशाह की महान कमाई का ध्यान करके सारी संगत सत्कार नाल आखो सतनाम श्री। असी मेरे कलगी वाले पातशाह का कर्जा नहीं ला सकते। पुत्र तो साढ़े भी जाते हैं, किसी का अमेरिका जाता है, किसी का कनेडा पढ़ने वास्ते, किसी का न्यूजीलैंड, किसी का आस्ट्रेलिया जाते हैं ना। वीजा लग्या होंगे, अकाउंट में पैसे जमा होंगे ने, यह भी पता होंगे जो मर्जी मुड़े आए। टिकट आने जाने की हत्थां की मैल होंदी है पैसा। यह भी पता होंदा कि बिल सैटल होने चलिया है, पहला स्टूडेंट बनेगा फिर वर्क परमिट लाएगा फिर पीआर हो जाएगा, पीआर हो जाएगा तो असी सारा परिवार चले जावांगे। पर बाप जो अपने पुत्र नूं घरों तोड़ दे ना, नाले पता होंदा कि कामयाबी लई चलिया। जो घरों तोड़ दे बाप दियां अखां में पानी तरप तरप करके धरती ते डिगदा है, मेरा पुत्र दूर चले, हालांकि कामयाब होण चले। पर कलगी वाले पातशाह दा जिगरा ते वेखो, जदों अजीत सिंह नूं तोरिया महाराज नूं पता इहने मुड़ के आउणा नहीं। कि उस कलगी वाले पातशाह दी कोई रीस कर सकदा? पता है इहने मुड़ के नहीं आउणा। ते फिर अजीत सिंह दे जाण तों बाद जुझार सिंह नूं तोर करांगे आपां गल, लेकिन आपां गल जिहड़ी तोरी है आनंदपुर साहिब की धरती तों इत्थों अगे तोर लईए। हुण महाराज ने आनंदपुर साहिब की धरती नूं छड्डण दा फैसला लै लिया। जोर ते महाराज ते पहला भी पैंदा रहा, महाराज छड्डदा आनंदपुर साहिब। दुश्मन हर तरह की नीति वरतदा है, ते जदों सब कुछ फेल हो गया, जंग लड़ के जित नहीं सकिया दुश्मन, ते फिर उन्होंने धर्म की आड़ ली, उन्होंने धर्म दियां सौहां खाधियां। इस्लाम नूं मन्नण वालियां ने कुरान दियां कसमां, ते जिहड़े हिंदू पहाड़ी राजे सन उन्होंने गऊ दियां कसमां खाधियां। तुसीं आनंदपुर साहिब नूं छड्ड जाओ, जिधर जी करदा चले जाणा, तुहानूं रोकिया नहीं जाएगा। सिख काले हो गए, महाराज ने आखा सी सिंघो इंतजार करो, छड्डांगे आनंदपुर, वक्त नहीं आया। पर सिखां दा मन काला पै गया। ते मैं जिक्र करिया सी, हुण महाराज ने फैसला कर लिया आनंदपुर साहिब नूं छड्डण दा। दो दिन पहला महाराज आनंदपुर साहिब दीआं गलियां विचों विचर गए, जिहड़ियां गलियां विच खेडे वड्डे होए, साढ़े कु सत्त साल दे सन जदों आनंदपुर साहिब की धरती ते आए सन महाराज। सब तो वड्डा समा, ज्यादा समा महाराज ने आनंदपुर साहिब की धरती ते गुजारिया है। इत्थे खालसे की सजना की है, इत्थे उन्होंने साहबजादे खेड के वड्डे होए। कली कली धरती नाल एक एक याद जुड़ी हुई है महाराज की, नेड़े नेड़े होके वेखते हैं, कली कली चीज नूं गौर नाल वेखते हैं। ते तुरदे तुरदे उत्थे चले गए जिथे अगे उदासी महंत गुरबख्श दास मिल गया। गुरबख्श दास ने महाराज के चरणों ते नमस्कार की। महाराज कहते, गुरबख्श दास असी आनंदपुर साहब छड़ देना, जिथे गुरु तेग बहादुर महाराज ने सीस का संस्कार किया ना, तू ओदी सेवा करता रही, उत्थे दीवा बत्ती करी, तू बत्ती करी उत्थे, असी दे आनंदपुर साहब तो चले। ते उदासी संत गुरबख्श दास कहन लगा, महाराज तुहाडे हुक्म का पाबंद हाँ, सेवा करांगा, जे जिंदगी ना रही फिर तो कुछ कह नहीं सकता, जिन्ना चिर जीवन है सेवा करांगा। महाराज ने आखा सी, गुरबख्श दास बस जिन्ना चिर जीवन है सेवा करी, एक दिन आएगा आनंदपुर साहब की धरती के कले कले घर उत्ते केसरी निशान साहब लहरा देंगे।
अज तको तुहानू आनंदपुर साहब की धरती के कले कले घर उत्ते केसरी परतम झुलदा नजर आउंदा है। हुण महाराज आनंदपुर साहब छड्डण तो पहला आओ तको जिवें गुरु उस उदासी संत गुरबख्श साहब नूं मुखातब होके एक पैगाम देण लगे ने दुनिया के लोगों नूं की पैगाम देण लगे ने। त्रिलोचन सिंह पमद्दी दा ढाडी जत्था भाई हरदीप सिंह खैरा गिदड़ वेंडी भाई शमशेर सिंह खंडूर अते सरंगी मास्टर भाई सतनाम सिंह लाली भी लाओ दास्तान आप दे सरमुख इउं कहण लगे ने ਵੇਖੂ ਦੁਨੀਆ ਆਨੰਦਪੁਰ ਸਾਹਿਬ ਚ ਸਿੱਖੀ ਦੇ ਨਿਸ਼ਾਨ ਝੁੱਲਣੇ ਵੇਖੂ ਦੁਨੀਆ ਆਨੰਦਪੁਰ ਸਾਹਿਬ ਚ ਸਿੱਖੀ ਦੇ ਨਿਸ਼ਾਨ ਝੁੱਲਣੇ सुन भलिया उदासी सच्ची बात है तैनू दिंदे समझा जो हालात है तैनू दिंदे समझा जो हालात है तेरी साड़ी ए अखीरी मुलाकात है होना ओ है जो तू सोचिया नी खाब च सिखी दे निशान झुलणे वेखो दुनिया आनंदपुर साहब च सिखी दे निशान झुलणे वेखो दुनिया आनंदपुर साहब च सिखी दे निशान झुलणे नौमे गुरां दे असीस अस्थान दी सेवा करी इस तीर्थ महान दी सेवा करी इस तीर्थ महान दी सच्ची साडी है तैयारी इथो जान दी सानू दिसे ए भविख दे हिसाब च सिखी दे निशान झुलणे वेखो दुनिया आनंदपुर साहब च सिखी दे निशान झुलणे वेखो दुनिया आनंदपुर साहब च सिखी दे निशान झुलणे बोल प्यार दे तेरे ना सानू भुलणे धोखे बाजा ने खिड़ौने माड़े गुलने धोखे बाजा ने खिड़ौने माड़े गुलने उच्चे सिखी दे निशानी इथे झुलणे सिखा मन्नणी नी इन किसे ताब च सिखी दे निशान झुलणे वेखो दुनिया आनंदपुर साहब च सिखी दे निशान झुलणे वेखो दुनिया आनंदपुर साहब च सिखी दे निशान झुलणे
औखा वक्त सिंघां ते बड़ा आवेगा मत्था खालसा जुलम नाल लावेगा मत्था खालसा जुलम नाल लावेगा पंथ जालमां नूं सदा ही हरावेगा चुक जग मेरे सिंघां दे आदाब च सिखी दे निशान झुलणे वेखो दुनिया आनंदपुर साहिब च सिखी दे निशान झुलणे देखो दुनिया आनंदपुर साहिब च सिखी दे निशान झुलणे तेरी सेवा वाली बात सदा पऊगी तैनू दुनिया भमदी धन कहूगी तैनू दुनिया भमदी धन कहूगी तेरी याद सिख हिरदियां च रहूगी तैनू मान मिलो सिखी दी किताब च सिखी दे निशान झुलणे वेखो दुनिया आनंदपुर साहिब च सिखी दे निशान झुलणे देखो दुनिया आनंदपुर साहिब च सिखी दे निशान झुलणे हो इशारा हो गया कि मैं अपने विचारां नूं इत्थे विश्राम दे दियां अपने विचारां नूं इत्थे रोकदा हाँ गुरु कृपा करेगा अगले पड़ाव दे उत्ते आपां इसे प्रसंग नूं अगे तोरन दा यतन करांगे इन्ने शब्द प्रवान करो इतिहास बयान करदिआं होईआं भुल्लां दी खिमा कर देना आप जी ने बेअंत माण सन्मान जथे दे हिस्से विच बख्शिश कीता तुहाडा बहुत बहुत धन्नवाद सतगुरु सब नूं चढ़दी कला बख्शिश करे क्योंकि नां लैण दी मनाही है मैं सब दा बहुत बहुत धन्नवाद करदा हाँ अते आप जी नूं बेनती करांगा कि ज्यादा तो ज्यादा माया तुसीं गुरु के लंगरां ते इमारतां लई दिओ इह संगती रूप विच दित्ती हुई माया जिन्नी किसी की समर्था है कोई दस कोई भी कोई पचास कोई सौ कोई वध जिन्नी कि तुहाडी हिम्मत है इस संगति रूप जिहड़ी माया गुरु घर लई दिओगे ना गुरु ग्रंथ साहिब महाराज के चरणों में जां स्टेज उत्ते आ जिहड़ी माया है ये सारी गुरु के लंगरां ते इमारतां की माया है जो मेरे हिस्से की है मेरे हाथ में फड़ा जाते हैं सज्जन मैं दोनों हाथ जोड़ के आप जी नूं बेनती करदा कि ज्यादा तो ज्यादा माया गुरु के लंगरां ते इमारतां दी क्योंकि गुरु के लंगरां ते इमारतां की माया जे अज हिस्सा पा दोगे ना ते याद रखियो जिंदगी विच जिहड़ियां बीमारियां नाल जूझदे आ उहनां तों छुटकारा हो जाएगा दो घर हुंदे ने एक बाबे के एक बाबर के आ बाबे का घर है जिहड़े इत्थे दे जांदे ने कुछ माया तिल फुल जिन्नी छड़दा है यह गुरु नानक का घर है इत्थे ते एक टके दे नाल मुक्ति तक दी पदार्थ मिल जांदे ने मुक्त कर देना जरूर जतन करियो तन करके मन करके तन करके सेवावां करन दा मैं गुरद्वारा हर कीर्तगढ़ टिब्बी साहब जिथों ये नगर कीर्तन आरंभ होया उहदी समुची मैनेजमेंट का धन्नवाद करदा हाँ जिन्हां ने लंबे समय तो बाद तुहाडे दर्शन दीदार करवाए वो सज्जन इस दुनिया विच नहीं जिहड़ा मैनूं पहली बारी 1994-95 विच लैके आया सी जथे समेत ते मैं क्योंकि ना उन्हां दा भी नहीं लै रहा याद कर रहा क्योंकि जिसने मैनूं इस नगर क्योंकि तुहाडा नगर इतिहासक नगर है आजादी घुलाटीए शहीद साहित्यकार खिडारी हर पक्ष तो मुकम्मल वो कैड़ी कैटागरी है जिहदे विच तुसीं मारका नहीं मारिया पूरे वर्ल्ड विच ललतों वालिया का नाँ है महाराज तुहानूं होर बुलंदियां बख्शिश करे एक बारी प्यार नाल आखो नानक नाम चढ़दी कला तेरे भाणे सरबत दा भला आओ अगला प्रोग्राम सरवण करो अगले पड़ाव ते फिर जिवें हुक्म होवेगा तुहाडी सेवा विच हाजर होवांगे सत्कार सहित फतेह प्रवान करो वाहिगुरु जी का खालसा वाहिगुरु जी की फतेह।